हेलो जी, सत श्री अकाल सारिआं नूं। आई होप तुसी सारे ठीक होवोगे। असीं वी सारे ठीक हाँ। तो अज हैगा ट्यूसडे, मैक ते साहब दा न्यू स्कूल च पहला दिन आ, तो उन्हां लई मैं बनाउण लगी हाँ पिन्नियाँ। कहिंदे लड्डू खाने मम्मा। सो ये जिहड़ा ड्राई फ्रूट्स आ उन्हां दा बनाया होया पाउडर आ, तो इहदे विच शुगर नहीं पाई, शक्कर पाई है। तो फिर मैं सवेरे सवेरे ये देसी घी गर्म करके उदों ही मिक्स करके इन्हें लड्डू बना के दे दिनी हाँ, तो खुश होकर खा लेंगे। जे उदा मैं बना के रख दी हाँ, आप जब वट के लड्डू रख लेते हैं तो वो फिर ना खाते नहीं गे। तो जे उन्होंने माइक्रो च गर्म करो तो वह ज़्यादा उपरों उपरों गर्म हो जाते, बिचों रह जाते आ ठंडे। तो जे वह ना गर्म करो तो उदा वह घी में जमया हों तो स्वाद उन्ने स्वाद खुश होकर बच्चे खाते नहीं गे। ये दोनों बहुत खुश होकर खा लेंगे। फिर ये इदा भी होंगे भी इन्हें जोड़ा रही हाँ, वो मैं घी ज़्यादा पा लें, अपने लिए तो हसबेंड थोड़ा घी घट पा लें है ना। तो इन्होंने पा रहे हूँ, इन्होंने ये खाने आ, फिर स्कूल रेडी हो जाना आ। स्कूल अज पहला दिन आ, देखो किदा ना जाता। साहब का आ माड़ा जहा साहब आ भी ये ना अरदास हो, क्योंकि जो ये KG च गया से उदों ये रोंदा ही जाता हूँ सवेरे है ना, तां करके मैं थोड़ी जी फिक्र आ है ना। न्यू स्कूल चले अज है ना, नहीं मी नहीं पैना, दूजा ही शूज पा ला। मैं को अज नवे स्कूल चले है ना, आर यू एक्साइटेड? साहब तो कल रोंदा सी बेचारा, इमोशनल चले आ नवे स्कूल। साहब बेचारा कल रो पिया सीगा, टीचर भी इहदी कहिंदी नहीं तू गुड आ, तू उत्थे भी फ्रेंड बना लैणे आ, सोहणी जिही समाइल नाल कहिंदी तू उत्थे भी फ्रेंड बना लैणे है ना, इहदी कहा सी ना टीचर ने। हाँ नर्वस आ? नहीं पुत, तू नर्वस काते होणा आ, सारे बच्चे गुड हुंदे आ। नो नॉट एवरीवन, तुसीं सारे ना चंगे होवोगे ना, तुहाडे नाल वी सारिआं ने चंगे होणा आ। नॉट एवरीवन, आई नो ਤੁਹਾਡੇ ਸਾਹਿਬ ਵਰਗੇ ਥੋੜ੍ਹੇ ਜਿਹੇ ਸ਼ਰਾਰਤੀ ਵੀ ਹੁੰਦੇ ਵਿੱਚ ਹੈ ਨਾ। ਸੋ ਹੁਣ ਅੱਜ ਚੱਲੇ ਆ ਪਹਿਲੇ ਦਿਨ ਸਕੂਲ ਨਵੇਂ, ਅਤੇ ਉਹਨਾਂ ਨੇ ਅਰਲੀ ਬੁਲਾਇਆ ਸੀਗਾ, ਸੋ ਆਫਿਸ 'ਚ ਜਾਣਾ ਪਹਿਲਾਂ, ਫਿਰ ਉਹਨਾਂ ਨੇ ਕੋਈ ਪੇਪਰ ਵਰਕ ਕਰਵਾਉਣਾ, ਅਤੇ ਇਹਨਾਂ ਦੇ ਟੀਚਰਸ ਕਿਉਂਕਿ ਇਹਨਾਂ ਨੂੰ ਹਜੇ ਕਲਾਸ ਰੂਮ ਨਹੀਂ ਪਤਾ, ਫਿਰ ਦਿਖਾਊਗੇ ਕਿਹੜੇ ਕਲਾਸ ਆ, ਕਿੱਥੋਂ ਦੀ ਮੈਂ ਪਿਕ ਐਂਡ ਡਰੋਪ ਕਰਨਾ ਆ। ਸੋ ਦੇਖਦੀ ਹਾਂ ਜਾ ਕੇ। ਸਾਹਿਬ ਦੀਦੋ ਚੱਲ ਗਈ ਹੈ ਨਾ, ਹੁਣ ਆਪਾਂ ਵੇਟ ਕਰਦੇ ਹਾਂ, ਸਾਨੂੰ ਟੀਚਰ ਲੈਣ ਆਊਗੀ ਦੁਬਾਰਾ, ਦੀਦੋ ਨੂੰ ਛੱਡਣ ਗਏ ਆ ਕਲਾਸ 'ਚ ਹੈ ਨਾ। ਹਾਂ ਸਾਹਿਬ ਕਿੱਦਾਂ ਦਾ ਲੱਗਾ ਸਕੂਲ? ਡੂਅਲ ਆਸਮ। ਓਕੇ ਸਾਹਿਬ ਤਾਂ ਹੈਪੀ ਆ ਹੈ ਨਾ, ਤੂੰ ਲਾਈਕ ਕੀਤਾ ਹੈ ਨਾ। ਮੈਕੂ ਦੀਦੋ ਰੋਂਦੀ ਹਟੀ ਆ। ਮੈਕੂ ਕਿੱਦਾਂ ਦਾ ਲੱਗਾ ਸਕੂਲ? ਆਮ ਵਾਚਿੰਗ ਪੋਕੀਮੋਨ, ਆਮ ਵਾਚਿੰਗ ਪੋਕੀਮੋਨ। ਡਿਫਰੈਂਟ ਰੋਂਦੀ ਕਾਤੇ ਹਟੀ ਆ, ਫਰੈਂਡਸ ਨੂੰ ਮਿਸ ਕਰਦੀ ਆ? ਇੱਥੇ ਵੀ ਬਾਣੀ ਜਾਣੀ ਆ ਤੇਰੀਆਂ ਫਰੈਂਡਸ? I'm only gonna meet friends, not best friends. And guys, ਤੈਨੂੰ ਪਤਾ ਨਹੀਂ ਲੱਗਣਾ ਕਦੋਂ ਤੇਰੀ ਬੈਸਟ ਫਰੈਂਡ ਵੀ ਕੋਈ ਨਾ ਕੋਈ ਬਣ ਜਾਣੀ। ਤੂੰ ਹੁਣ ਕਹਿੰਦੀ ਓਨਲੀ ਫਰੈਂਡ ਬਣਾਉਣੀ ਆ, ਤੇ ਬੈਸਟ ਫਰੈਂਡ ਵੀ ਤੇਰੀ ਬਣ ਜਾਣੀ। ਉਹਦੇ ਲਈ ਜੇ ਤਾਂ ਮੈਨੂੰ ਫਿਕਰ ਸੀ, ਇਹਦਾ ਮੈਨੂੰ ਫਿਕਰ ਸੀਗਾ ਵੀ ਇਹ ਰੋਊਗਾ ਜਾਂ ਮੈਂ ਕਿੰਨੀ ਦੇਰ ਇਹਦੀ ਵਿੰਡੋ 'ਚ ਨਾ ਖੜੀ ਉੱਧਰ ਬਾਹਰੋਂ ਦੇਖਦੀ ਰਹੀ ਹਾਂ ਵੀ ਕਿੱਦਾਂ ਬਿਹੇਵ ਕਰਦਾ ਲੁੱਕ ਕੇ। ਤੇਰਾ ਨਹੀਂ ਸੀ ਮੈਨੂੰ ਹੈਗਾ, ਮੈਨੂੰ ਲੱਗਦਾ ਸੀ ਤੂੰ ਈਜ਼ੀ ਹੋ ਜਾਣਾ ਛੇਤੀ। ਆਈ ਥਿੰਕ ਤੂੰ ਵੱਡੀ ਹੋ ਗਈ ਕਰਕੇ ਤਾਂ ਤੈਨੂੰ ਔਕਵਰਡ ਫੀਲ ਹੁੰਦਾ ਆ, ਤੇ ਇਹ ਹਜੇ ਛੋਟਾ ਆ ਤਾਂ ਮੇ ਵੀ ਇਹਨੂੰ ਨਹੀਂ ਲੱਗਾ। ਸੀ ਗੈਟਸ ਬੈਟਰ। ਹੂੰ ਮਾਈ ਟਾਪ 5 ਏਅਰਪੋਰਟ ਫੋਰ ਦਾ ਟਾਈਮਸ ਕਮਿਕਸ ਆਫਟਰ ਦੈਟ ਯੂ ਗਾਟਾ ਗੋ ਬੈਕ ਟੂ ਦ ਚੀਜ਼ ਸਟਿਕਸ। ਆਲ ਰਾਈਟ, ਗੋਇੰਗ ਇਨਟੂ ਦ ਚੀਜ਼ ਸਟਿਕਸ ਖਾਣੀ ਹੈ। ਕੋਈ ਨਾ, ਇੱਕ ਜਾਂ ਦੋ ਵੀਕ ਲੱਗਣੀਆਂ ਆ, ਇੱਕ ਜਾਂ ਦੋ ਵੀਕ ਲੱਗਣੀਆਂ। ਹੁਣ ਕੱਲ ਨੂੰ ਤੁਹਾਡਾ ਹਾਫ ਡੇ ਆ ਹੈ ਨਾ, ਫਿਰ ਬਸ 2 more days ਫਿਰ ਵੀਕਐਂਡ ਆ ਜਾਣਾ ਆ, ਫਿਰ ਜਦ ਨੂੰ ਨੈਕਸਟ ਵੀਕ ਨੂੰ ਤੁਸੀਂ ਤੁਹਾਨੂੰ ਵਧੀਆ ਲੱਗਣਾ ਸਕੂਲ ਫਿਰ। ਠੀਕ ਆ, ਤੂੰ ਮੈਨੂੰ ਵੀ ਅਪਸੈਟ ਕਰਤਾ ਯਾਰ, ਰੋ ਕੇ ਸਾਰਾ ਦਿਨ ਮੈਨੂੰ ਇਹ ਰਿਹਾ ਵੀ ਮੈਂ ਕਿ ਠੀਕ ਹੋਣੀ ਆ, ਗੁਰਸਾਹਿਬ ਨੂੰ ਹੋਣਾ ਥੋੜ੍ਹਾ ਜਿਹਾ। ਗਈ ਆ ਕਿੰਡਰ ਗਾਰਡਨ ਸਕੂਲ, ਗਈ ਆ ਹੈ ਨਾ ਜਦ ਨਿੱਕੀ ਹੁੰਦੀ ਤੈਨੂੰ ਛੱਡਿਆ ਕਿੰਡਰ ਗਾਰਡਨ ਸਕੂਲ। ਤੈਨੂੰ ਪਤਾ ਤੈਨੂੰ 9 ਵਜੇ ਸਕੂਲ ਛੱਡ ਕੇ, ਤੈਨੂੰ 9 ਵਜੇ ਸਕੂਲ ਛੱਡ ਕੇ ਮੈਂ ਉੱਥੇ ਹੀ ਪਾਰਕ 'ਚ ਬੈਠੀ ਰਹਿੰਦੀ ਹੁੰਦੀ ਸੀ, ਕਿਉਂਕਿ ਉਦੋਂ ਸਾਹਿਬ ਤਾਂ ਹੈ ਨਹੀਂ ਸੀਗਾ ਹਜੇ ਹੈ ਨਾ, ਮੈਂ ਪਾਰਕ ਵਿੱਚ ਬੈਠੀ ਰਹਿਣਾ
ਜਦੋਂ ਤੈਨੂੰ ਛੁੱਟੀ ਹੁੰਦੀ ਤੂੰ ਬਾਹਰ ਖੇਡਣ ਆਉਂਦੀ ਹੁੰਦੀ ਸੀ ਤੂੰ ਮੈਂ ਉੱਥੇ ਬੈਠੀ ਹੁੰਦੀ ਸੀ ਤੈਨੂੰ ਫਿਰ ਦੇਖਣਾ ਖੇਡਦੀ ਨੂੰ ਕਈ ਵਾਰ ਮੈਂ ਗੱਡੀ 'ਚ ਬੈਠੀ ਰਹਿਣਾ ਫਿਰ ਜਦੋਂ ਤੂੰ ਵਾਪਸ 2.5 ਘੰਟੇ ਲਈ ਜਾਂਦੀ ਹੁੰਦੀ ਸੀ 2.5 ਨਾ ਕਿੰਡਰਗਾਰਡਨ 'ਚ ਫਿਰ ਜਦ ਤੂੰ ਬਾਹਰ ਆਉਣਾ ਮੈਂ ਉੱਥੇ ਹੀ ਬੈਠੀ ਹੁੰਦੀ ਸੀ ਇਹਦੇ ਬਾਰੇ ਮੈਨੂੰ ਇੰਨਾ ਨਹੀਂ ਹੋਇਆ ਕਿਉਂਕਿ ਮੈਨੂੰ ਸੀਗਾ ਮੈਕ ਹੈਗੀ ਆ ਉਸੇ ਸਕੂਲ 'ਚ ਹੈ ਨਾ ਉਹਨੇ ਟੇਕ ਕੇਅਰ ਕਰ ਲੈਣੀ ਆ ਪਰ ਇਹਨੂੰ ਵੀ ਖੜ੍ਹੀ ਕਿੰਨਾ ਚਿਰ ਵਿੰਡੋ ਵਿੱਚ ਦੀ ਦੇਖਣੀ ਇੱਦਾਂ ਸਾਹਿਬ ਨੂੰ ਮੈਂ ਖੜ੍ਹੀ ਨੇ ਦੇਖੀ ਜਾਣਾ ਇਹਨੇ ਬੜਾ ਸੋਹਣਾ ਉੱਥੇ ਖੇਡੇ ਪਿਆ ਹੋਣਾ ਨਿਆਣਿਆਂ ਨਾਲ ਤਾਂ ਮੈਂ ਕਹਿਣਾ ਹਾਏ ਮੈਂ ਐਵੇਂ ਦੇਖ ਲੈ ਦਿਲ ਆਪਣਾ ਹੋਰ ਤਰ੍ਹਾਂ ਕਰੀ ਜਾਂਦੀ ਹਾਂ ਉਹ ਬੜਾ ਸੋਹਣਾ ਨਿਆਣਿਆਂ ਨਾਲ ਖੇਡਣ ਡਿਆ